बीती रात तूफान रूपी हनेरी ने आम जन जीवन नू बहुत ही ज्यादा प्रभावित किया है। हनेरी दी रफ्तार इन्नी तेज सी कि लोकां दा बहुत ज्यादा नुकसान होया। इस दे तहत ही हलका सानेवाल डेलो रोड उपर नगर कौंसल वालों लगाया गया कई साल पुराना स्वागत दा बोर्ड जड़ तो ही पटिया गया। इस घटना की जानकारी मौके ते खड़े दुकानदारा ने जदों KDT न्यूज नू दिती कि नगर कौंसल वालों इस बोर्ड नू हटाया नहीं गया, जिस कारण लंबा जाम लग रहा है। मीडिया दे आउंदे ही तुरंत नगर कौंसल दे कर्मचारी हरकत विच आए अते राहगीरां लई रस्ता खुलवाया। इस घटना दौरान कई वाहन इस बोर्ड दी चपेट विच जरूर आए, पर कोई भी जानी नुकसान होण दा बचा रहा। ਇੱਥੇ ਇਸ ਜਗ੍ਹਾ ਤੇ ਆਪਾਂ ਇਸ ਟਾਈਮ ਖੜੇ ਆ। ਇਹ ਜਗ੍ਹਾ ਸਾਹਨੇਵਾਲ ਦਾ ਲਾਸਟ ਪੁਆਇੰਟ ਆ, ਜਿਹਨੂੰ ਆਪਾਂ ਸਾਹਨੇਵਾਲ ਦੀ ਬਾਉਂਡਰੀ ਕਹਿ ਸਕਦੇ ਹਾਂ। ਰਾਤੀ ਕਰੀਬ ਲਗਭਗ ਇਹ ਜਿਹੜਾ ਰਾਤੀ ਡਿਜਾਸਟਰ ਆਇਆ ਸੀਗਾ, ਇਹਦੀ ਜਿਵੇਂ ਕਹਿ ਲਓ ਕਿ ਤੁਸੀਂ ਉਹ ਚੱਕ ਸਮਾਂ ਤਾਂ ਲਗਭਗ 8:15 ਦਾ ਹੋਏਗਾ, ਅਤੇ ਉਹ ਯਾਨੀ ਕਿ ਤੇਜ਼ ਹੁੰਦਾ ਹੁੰਦਾ ਇੰਨਾ ਕਰੂਰ ਰੂਪ ਧਾਰ ਕਰ ਗਿਆ ਕਿ ਆਹ ਸਾਡੇ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਇਹ ਮੇਰੇ ਸਾਹਮਣੇ ਦੇਖਦੇ ਦੇਖਦੇ ਲਗਭਗ 8:30 ਦੇ ਉੱਪਰ ਇਹ ਇੰਨੀ ਰਫ਼ਤਾਰ ਨਾਲ ਥੱਲੇ ਗਿਰ ਗਿਆ ਕਿ ਬਸ ਬਹੁਤ ਜ਼ਬਰਦਸਤ ਧਮਾਕਾ ਹੋਇਆ। ਉਹ ਧਮਾਕਾ ਜਿਹੜੀ ਕਿ ਮੈਂ ਅੰਦਰੋਂ ਭੱਜ ਕੇ ਬਾਹਰ ਆ ਕੇ ਦੇਖਿਆ, ਅਤੇ ਜਦ ਦੇਖਿਆ ਤਾਂ ਉਹ ਕਾਰ ਦੇ ਉੱਪਰੋਂ ਬੋਰਡ ਗਿਰ ਚੁੱਕਿਆ ਸੀ। ਤੁਸੀਂ ਇਹ ਇਸ ਹਾਦਸੇ ਦੇ ਵਿੱਚ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਜਿਹੜਾ ਇਹ ਹਾਦਸਾ ਹੋਇਆ ਹੋਇਆ ਤਾਂ ਕੁਦਰਤੀ ਆ, ਬਟ ਪਰਮਾਤਮਾ ਦੀ ਇੰਨੀ ਕੁ ਮਿਹਰ ਰਹੀ ਕਿ ਇਹ ਜਿਹੜਾ ਰੋਡ ਆ ਇਹ ਰੋਡ ਤੁਸੀਂ ਦੇਖ ਲਓ ਕਿ ਇੱਕ ਮਿੰਟ ਵੀ ਖਾਲੀ ਨਹੀਂ ਹੁੰਦਾ ਹਰ ਟਾਈਮ ਜੀ। ਹਰ ਟਾਈਮ ਤੁਸੀਂ ਜੇ ਹੁਣ ਵੀ ਪਾਰ ਕਰਨ ਦੀ ਕੋਸ਼ਿਸ਼ ਕਰੋਗੇ ਤੁਹਾਨੂੰ 2 ਤੋਂ 3 ਮਿੰਟ ਸੜਕ ਕ੍ਰੋਸ ਕਰਨ ਲੱਗ ਜਾਣੇ ਨੇ। ਬਟ ਉਸ ਸਮੇਂ ਕੰਡੀਸ਼ਨ ਇਸ ਤਰ੍ਹਾਂ ਦੀ ਸੀਗੀ ਕਿ ਲੱਕੀਲੀ ਨਾ ਰਾਈਟ ਤੋਂ ਨਾ ਲੈਫਟ ਤੋਂ ਦੋਨਾਂ ਪਾਸੋਂ ਕੋਈ ਵੀ ਕੁਤਰੀ ਕੋਈ ਆ ਨਹੀਂ ਰਿਹਾ ਸੀ, ਸਿਰਫ ਇੱਕ ਕਾਰ ਖੜੀ ਆ ਉਹ ਕਿਸੇ ਨੇ ਪਾਰ ਕੀਤੀ ਹੋਈ ਸੀ ਉਹਦੇ ਉੱਪਰ ਆ ਕੇ ਗਿਰ ਗਿਆ। ਕੋਈ ਜਾਨੀ ਨੁਕਸਾਨ? ਜਾਨੀ ਨੁਕਸਾਨ ਜੀ ਕੋਈ ਨਹੀਂ ਹੋਇਆ। ਜਾਨੀ ਨੁਕਸਾਨ ਦੀ ਕੰਡੀਸ਼ਨ ਇਸ ਤਰ੍ਹਾਂ ਸੀ ਕਿਉਂਕਿ ਉਸ ਸਮੇਂ ਕੁਛ ਸਮੇਂ ਲਈ ਜਿਵੇਂ ਕਹਿ ਲਓ ਸੜਕ ਖਾਲੀ ਹੋਈ ਅਤੇ ਗਿਰ ਗਿਆ। ਕੋਈ ਪ੍ਰਸ਼ਾਸਨ ਦਾ ਬੰਦਾ ਤੁਹਾਡੇ ਸਾਹਮਣੇ ਰਾਤੀ ਆਇਆ ਹੋਵੇ? ਨਹੀਂ, ਲਗਭਗ ਉਸ ਟਾਈਮ ਰਾਤ ਦਾ ਸਮਾਂ ਸੀ, ਸਾਰੇ ਜਾ ਚੁੱਕੇ ਸੀਗੇ, ਹਨੇਰਾ ਸੀਗਾ ਅਤੇ ਹਨੇਰੀ ਬਹੁਤ ਜ਼ਿਆਦਾ ਚੱਲਦੀ ਸੀਗੀ। ਪ੍ਰਸ਼ਾਸਨ ਦਾ ਬੰਦਾ ਤਾਂ ਉਸ ਤੋਂ ਬਾਅਦ ਸਾਡੇ ਜਿਹੜੇ ਨਗਰ ਨਿਵਾਸੀ ਨੇ ਉਹਨਾਂ ਰਲ ਕੇ ਫਿਰ ਇਹ ਰਸਤਾ ਖੋਲ੍ਹਿਆ। ਪ੍ਰਸ਼ਾਸਨ ਨੂੰ ਇਨਫੋਰਮ ਕਰ ਦਿੱਤਾ ਸੀਗਾ ਸਾਡੇ ਨਗਰ ਕੌਂਸਲ ਨੇ ਉਹਨਾਂ ਨੂੰ ਭਾਈ ਇੱਥੇ ਇਸ ਤਰ੍ਹਾਂ ਵਾਕਿਆ ਹੋ ਗਿਆ, ਅਤੇ ਫਿਰ ਉਹਨਾਂ ਨੇ ਆ ਕੇ ਆਹ ਰਸਤਾ ਵੀ ਖੁਲਵਾਇਆ ਵਾ।